ਅਸਲਾਮ ਅਲੈਕਮ ਜੀ। ਅੱਜ ਜਿਹੜਾ ਮੈਂ ਕਿਹਾ ਇੱਕ ਦੋਸਤਾਂ ਨਾਲ ਹੋਰ ਗੱਲ ਕਰੀਏ, ਵੀਡੀਓ ਬਣਾ ਕੇ ਅਤੇ ਅਪਲੋਡ ਕਰਦਿਆਂ, ਉਸ ਤੋਂ ਬਾਅਦ ਨਾ ਉਹਨਾਂ ਦਾ ਜਿਸ ਵੇਲੇ ਰਿਸਪੋਂਸ ਆਉਂਦਾ ਅਤੇ ਬੜੇ ਲੋਕ ਜਿਹੜੇ ਨੇ ਮੈਨੂੰ ਉਹਨਾਂ ਫੋਨ ਵਗੈਰਾ ਕਰਦੇ ਨੇ ਕਰਕੇ, ਅਤੇ ਇੰਜ ਹੋ ਗਿਆ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ, ਸਾਡੇ ਨਾਲ ਇਸ ਤਰ੍ਹਾਂ ਹੋ ਗਿਆ, ਆਪਣੀਆਂ ਜਨਾਬ ਪਰੇਸ਼ਾਨੀਆਂ ਯਕੀਨ ਕਰੋ ਦੱਸਦੇ ਨੇ ਨਾ। ਅਤੇ ਉਹਦੇ ਬਾਰੇ 'ਚ ਮੈਂ ਆਖਿਆ ਚਲੋ ਦੋਸਤਾਂ ਨਾਲ ਇੱਕ ਹੋਰ ਮਸ਼ਵਰਾ ਕਰਾਂ। ਦੋਸਤੋ, ਗੱਲ ਹੈ ਕਿ ਜਿਹਨੇ ਵੀ ਕੋਈ ਜਿਹੜਾ ਆਪਣੀ ਵਿਦਿਆ ਚਾੜਨਾ ਚਾਹੁੰਦਾ ਉਹ ਮੈਨੂੰ ਆਪਣੀ ਵੀਡੀਓ ਬਣਾ ਕੇ ਕੱਲ੍ਹ ਦੇ ਮੈਂ ਉਹਦੀ ਚਾੜ ਦਿਆਂਗਾ, ਠੀਕ ਹੈ ਜੀ, ਆਪਣੇ ਚੈਨਲ ਤੋਂ। ਅਤੇ ਬਾਰਾ ਗੱਲ ਸੜੀ ਹੈ, ਸੱਚੀ ਕਰੀਏ, ਉਹ ਝੂਠੀ ਗੱਲ ਕੋਈ ਨਾ ਹੋਵੇ। ਅਤੇ ਜਿਹਨਾਂ ਜਿਹਨਾਂ ਨੂੰ ਵੀ ਕੋਈ ਮਸਲਾ ਮਿਸਾਇਲ ਆਪਣਾ ਉਹ ਚਾੜਨਾ ਚਾਹੁੰਦੇ ਨੇ ਨੈੱਟ ਦੇ ਉੱਤੇ, ਦੱਸਣਾ ਚਾਹੁੰਦੇ ਨੇ, ਉਹ ਮੇਰੇ ਨਾਲ ਵੀਡੀਓ ਬਣਾ ਕੇ ਮੇਰਾ ਨੰਬਰ ਜਿਹੜਾ ਨਾਲ ਹੁੰਦਾ ਮੈਂ ਅੱਜ ਵੀਡੀਓ 'ਤੇ ਵੀ ਲਿਖ ਦਿਆਂਗਾ, ਅਤੇ ਉਹ ਕਰ ਸਕਦੇ ਨੇ ਕਰ ਕੇ ਅਤੇ ਆਪਣਾ ਦੱਸਣ, ਮੈਂ ਉਹਨਾਂ ਨੂੰ ਉਹ ਵੀਡੀਓ ਜਾਂ ਉਹਨਾਂ ਦਾ ਉਹ ਪੈਗਾਮ ਜਿਹੜਾ ਉਹ ਅਪਲੋਡ ਕਰ ਦਿਆਂ ਕਰਾਂਗਾ ਯੂਟਿਊਬ 'ਤੇ। ਅਤੇ ਬਸ ਇੰਨੀ ਕਿ ਅੱਜ ਗੱਲ ਸੀ, ਉਹ ਕੋਈ ਨਹੀਂ ਸੀ ਗੱਲ ਕਹਿਣ ਵਾਲੀ, ਅਤੇ ਮੈਂ ਆਖਿਆ ਚਲੋ ਦੋਸਤਾਂ ਨੂੰ ਇਹ ਹੀ ਕਹਾਂ ਬਈ ਲਿਖ ਕੇ ਵੀ ਤੁਸੀਂ ਘੱਲ ਸਕਦੇ ਹੋ, ਜਿਹੜਾ ਪੜ੍ਹਿਆ ਜਾਏ ਉਹ ਲਿਖ ਕੇ ਘੱਲ ਦਿਓ, ਮੈਂ ਜਿਹੜਾ ਤਾਂ ਵੀ ਆਪਣਾ ਅਪਲੋਡ ਕਰ ਦਿਆਂਗਾ ਖੁਦ ਬੋਲ ਕੇ। ਜਿਹੜੇ ਖੁਦ ਆਪਣੀ ਵੀਡੀਓ ਬਣਾ ਕੇ ਭੇਜਣਾ ਚਾਹੁੰਦੇ ਨੇ ਜੀ, ਇਹ ਵੀਡੀਓ ਜਿਹੜੀ ਅਪਲੋਡ ਕਰ ਦਿਓ, ਉਹ ਵੀ ਮੈਨੂੰ ਵੀਡੀਓ ਸੈਂਡ ਕਰਨ, ਵਟਸਐਪ ਨੰਬਰ 'ਤੇ ਕਰ ਦੇਣ, ਮੈਂ ਜਿਹੜੀ ਇਹ ਅਪਲੋਡ ਕਰ ਦਿਆਂਗਾ। ਠੀਕ ਹੈ ਜੀ, ਬੜੀ ਮਿਹਰਬਾਨੀ, ਅੱਲਾ ਹਾਫਿਜ਼।